ਜੱਸੀ ਜਦੋਂ ਆਪਦਾ ਭਾਸ਼ਣ ਭੂਸ਼ਣ ਦੇਖ ਕੇ ਤੁਰਨ ਲੱਗੇ ਜੀ, ਉੱਥੋਂ ਗੱਡੀ 'ਚ ਬਹਿ ਕੇ ਤੁਰਨ ਲੱਗੇ, ਇੱਕੇ ਦਮ ਉਦੋਂ ਭੈੜਾ ਬਲਾਸਟ ਹੋਇਆ ਜੀ। ਕੋਈ ਸਿਆਸੀ ਲੀਡਰ ਤਾਂ ਕੋਈ ਨਹੀਂ ਆਇਆ ਜਿਹਦੇ, ਹਾਲਾਂਕਿ ਜੱਸੀ ਦੀ ਰੈਲੀ ਵਿੱਚ ਹੋਇਆ ਸੀ, ਉਹਨਾਂ ਨੂੰ ਵੀ ਕੋਈ ਕਿਸੇ ਦੀ ਬਾਂਹ ਨਹੀਂ ਫੜੀ। ਹਜੇ ਤਾਂ ਐਂ ਲਾ ਲਓ ਜੀ ਸਾਡਾ ਪਤਾ ਲੈਣ ਨਹੀਂ ਆਏ ਉਹ। ਕੰਮ ਕਰ ਤਾਂ ਕੋਈ ਨਹੀਂ ਹੁੰਦਾ, ਬਸ ਐਂ ਲਾ ਲਓ ਗਰਮੀਆਂ 'ਚ ਤਾਂ ਸਰੀਰ ਮੱਚਦਾ ਹੀ ਹੈ, ਸਿਆਲ 'ਚ ਐਂ ਵੀ ਤੁਰੇ ਫਿਰਦੇ ਵਗ ਜਾਂਦੇ, ਬਾਹਰ ਅੰਦਰ ਤੁਰੇ ਫਿਰਦੇ, ਕੰਮ ਨਹੀਂ ਹੁੰਦਾ ਕੋਈ, ਕੰਮ ਨਹੀਂ ਹੁੰਦਾ। ਜਾਂ ਚਾਮੜੀ ਦੇਖੋ ਇਹ ਪਤਲੀ ਹੈ ਜੀ, ਬਸ ਲੈ ਜਾਂਦੇ। ਜੱਸੀ ਦੇ ਕਾਫਲੇ 'ਚ ਦੇਖੀ ਗਈ ਸੀਗੀ ਉਹ ਮਰੂਤੀ ਗੱਡੀ। ਅੱਛਾ, ਉਹੀ ਗੱਡੀ? ਉਹੀ ਗੱਡੀ, ਉਹਦੇ ਪ੍ਰਚਾਰ 'ਚ ਕਹਿ ਲਓ, ਕਿਵੇਂ ਕਹਿ ਲਓ, ਅਤੇ ਵੀ ਦੇਖੀ ਗਈ। ਉਦੋਂ ਬਾਅਦ ਉਹ ਪਤਾ ਲੱਗਿਆ ਵੀ ਉਹ ਗੱਡੀ ਪੁਰਾਣੀ ਲੈ ਕੇ ਸਰਸੇ ਡੇਰੇ 'ਚੋਂ ਤਿਆਰ ਹੋਈ ਹੈ। ਰਾਜਨੀਤਿਕ ਲੀਡਰਾਂ ਦੇ ਘਰ ਕੋਈ ਵਾਪਰ ਜਾਂਦੀ ਹੈ ਘਟਨਾ, ਉਹ ਤਾਂ ਉਦੀ ਫੜੇ ਜਾਂਦੇ ਆ। ਹੁਣ ਤਕਰੀਬਨ 5 ਸਾਲ ਹੋ ਚੁੱਕੇ ਜੀ ਇਸ ਘਟਨਾ ਨੂੰ, ਹਜੇ ਤਾਈਂ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਕਿਹਨੇ ਕਰਾਇਆ ਸੀ, ਕਿਉਂ ਕਰਾਇਆ ਸੀ। ਮੋੜ ਬੰਬ ਕਾਂਡ ਦੇ ਸੰਬੰਧ ਦੇ ਵਿੱਚ ਪੀੜਤਾਂ ਨੂੰ ਸਾਫ਼ ਦਵਾਉਣ ਦੇ ਲਈ ਜਾਂ ਫਿਰ ਭਵਿੱਖ 'ਚ ਇਹੋ ਜਿਹੀ ਘਟਨਾ ਨਾ ਵਾਪਰੇ, ਜਿਹਦੇ ਲਈ ਇਹ ਸਪਸ਼ਟ ਕਹਿਣ 'ਤੇ ਮੈਨੂੰ ਕੋਈ ਸੰਕੋਚ ਨਹੀਂ ਕਿ ਪੰਜਾਬ ਪੁਲਿਸ ਦਾ ਪੱਖ ਜਿਹੜਾ ਹੈ ਅਤੀ ਹੀ ਨਿੰਦਣੀਆ ਰਿਹਾ। ਕਿਸੇ ਨੇ ਕਾਰ ਤਿਆਰ ਕਰੀ ਹੈ, ਕਿਸੇ ਨੇ ਬੰਬ ਬਲਾਸਟ ਦੇ ਵਿੱਚ ਭੂਮਿਕਾ ਨਿਭਾਈ ਹੈ, ਕਿਸੇ ਨੇ ਹੋਰ ਭੂਮਿਕਾ ਨਿਭਾਈ ਹੈ, ਕੋਰਟ ਵੱਲੋਂ ਦੋਸ਼ੀ ਟਿੱਕੇ ਜਾ ਚੁੱਕੇ ਨੇ, ਇਹ ਬਿਆਨ ਹੋ ਚੁੱਕੇ ਨੇ ਕਿ ਵੀ ਆਹ ਬੰਦੇ ਦੋਸ਼ੀ ਨੇ, ਪਰ ਅੱਜ ਤੱਕ ਉਹਨਾਂ ਨੂੰ ਕਿਸੇ ਸਿੰਗਲ ਬੰਦੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਲੋਕਾਂ ਦੇ ਦਬਾਅ ਦੇ ਨਾਲ ਪਹਿਲਾਂ ਤਾਂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਕੋਈ ਵੀ ਪ੍ਰਸ਼ਾਸਨ ਕਿ ਵੀ ਇਹ ਕੋਈ ਬੰਬ ਬਲਾਸਟ ਹੋਇਆ। ਇਹ ਕਿਹਾ ਗਿਆ ਕਿ ਵੀ ਸਧਾਰਨ ਸਿਲੰਡਰ ਫਟਿਆ। ਉਹ ਬੰਦੇ ਨੋਮੀਨੇਟ ਕਰ ਗਏ ਸੀਗੇ, ਆਹ ਬੰਦੇ ਨੇ ਜਿਹੜੇ 3 ਬੰਦੇ ਨੇ, ਕਾਲਾ ਸਿੰਘ, ਗੁਰਤੇਜ ਸਿੰਘ ਅਤੇ ਇੱਕ ਹੋਰ ਬੰਦਾ ਸੀਗਾ, ਉਹਨਾਂ ਬਾਰੇ ਉਹ ਦੇ ਕੇ ਗਏ ਨੇ ਬਿਆਨ। ਪਰ ਉਹਨਾਂ ਨੂੰ ਭਗੌੜੇ ਕਰਾਉਣ ਤੋਂ ਬਾਅਦ ਪਹਿਲੀ ਸਿੱਟ ਬਣੀ ਉਹਨੇ ਭਗੌੜੇ ਕਰਾ ਦਿੱਤੇ, ਦੂਜੀ ਸਿੱਟ ਬਣੀ ਉਹਨੇ ਭਗੌੜੇ ਕਰਾ ਦਿੱਤੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਸੁਰਿੰਦਰਪਾਲ ਸਿੰਘ। 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ, ਅਤੇ ਤੁਸੀਂ ਸਮਝ ਸਕਦੇ ਹੋ ਵੀ 15 ਤੋਂ ਲੈ ਕੇ ਅੱਜ 21 ਖਤਮ ਹੋਣ ਵਾਲਾ ਹੈ। ਉਹ ਮਾਮਲੇ ਦੇ ਵਿੱਚ ਸਿੱਟ 'ਤੇ ਸਿੱਟ ਬਣਦੀ ਹੈ, ਕਮਿਸ਼ਨ 'ਤੇ ਕਮਿਸ਼ਨ ਬਣਦੀ ਹੈ, ਰਾਜਨੀਤੀ ਹੁੰਦੀ ਹੈ, ਸਾਰੀਆਂ ਸਿਆਸੀ ਪਾਰਟੀਆਂ ਬੇਅਦਬੀ ਦੇ ਮਾਮਲੇ 'ਤੇ ਰੋਟੀਆਂ ਸੇਕਦੀਆਂ, ਕੁਰਸੀਆਂ ਪ੍ਰਾਪਤ ਕਰਦੀਆਂ, ਪਰ ਜਾਂਚ ਕਿਸੇ ਸਿਰੇ ਨਹੀਂ ਲੱਗੀ। ਇਸ ਤਰ੍ਹਾਂ ਦਾ ਹੀ ਗੰਭੀਰ ਮਾਮਲਾ ਮੌੜ ਮੰਡੀ, ਜਿਹੜਾ ਜ਼ਿਲ੍ਹੇ ਬਠਿੰਡੇ 'ਚ ਇਹ ਮੰਡੀ ਪੈਂਦੀ ਹੈ, 31 ਜਨਵਰੀ 2017 ਵਿੱਚ ਬੰਬ ਕਾਂਡ ਹੁੰਦਾ ਹੈ। ਇਹ ਬੰਬ ਕਾਂਡ ਇਸੇ ਜਗ੍ਹਾ 'ਤੇ ਹੋਇਆ ਸੀ ਜਦੋਂ ਹਰਿਮੰਦਰ ਸਿੰਘ ਜੱਸੀ, ਜੋ ਕਾਂਗਰਸ ਪਾਰਟੀ ਦਾ ਉਮੀਦਵਾਰ ਸੀ, ਰੈਲੀ ਕਰਦਾ, ਅਤੇ ਜਦੋਂ ਹੀ ਜੱਸੀ ਸਾਹਿਬ ਗੱਡੀ ਸਟਾਰਟ ਕਰਕੇ ਇੱਥੋਂ ਚਾਲੇ ਪਾਉਂਦੇ ਆ, ਨਾਲ ਦੀ ਨਾਲ ਮਰੂਤੀ ਕਾਰ ਵਿੱਚ ਰੱਖੇ ਹੋਏ ਕੁੱਕਰ, ਉਹ ਬੰਬ ਫਟਦਾ, ਇੱਕ ਬੰਬ ਫਟ ਜਾਂਦਾ, ਇੱਕ ਰਹਿ ਜਾਂਦਾ ਜਾਣਕਾਰੀ ਦੇ ਮੁਤਾਬਕ, ਜਿਸ ਦੇ ਵਿੱਚ 5, 9 ਤੋਂ 10 ਸਾਲ ਦੇ ਉਮਰ ਦੇ ਬੱਚੇ ਆਪਦੀ ਜਵਾਨ ਜਿਹੜੀ ਜਾਨ ਗਵਾ ਬੈਠਦੇ ਆ, 2 ਵੱਡੇ, ਅਤੇ ਉਸ ਤੋਂ ਬਾਅਦ 2 ਦਰਜਨ ਤੋਂ ਬਾਅਦ ਗੰਭੀਰ ਜ਼ਖਮੀ ਹੁੰਦੇ ਆ। ਇਸ ਕਾਂਡ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇਸ ਕਾਂਡ ਦੇ ਵਿੱਚ ਸੈੱਟ ਬਣਦੀ ਹੈ, NIA ਆਉਂਦੀ ਹੈ, ਹੋਰ ਏਜੰਸੀਆਂ ਆਉਂਦੀਆਂ, ਪਰ ਜਾਂਚ ਕਿਸੇ ਪਾਸੇ ਨਹੀਂ ਲੱਗੀ। ਦੂਸਰੀ ਸੈੱਟ ਬਣਦੀ ਹੈ ਕੋਰਟ ਦੇ ਆਰਡਰਾਂ ਨਾਲ, ਫਿਰ ਵੀ ਜਾਂਚ ਕਿਸੇ ਪਾਸੇ ਨਹੀਂ ਲੱਗਦੀ। ਜਦੋਂ ਸਾਨੂੰ ਇਸ ਬਾਰੇ ਪਤਾ ਲੱਗਿਆ ਤਾਂ ਇਹ ਜਿਹੜੀ ਜਾਂਚ ਹੈ ਇਹ ਡੇਰਾ ਸਿਰਸਾ ਤੱਕ ਪਹੁੰਚਦੀ ਹੈ, ਜਿਸ ਕਰਕੇ ਸਾਰੀ ਗੱਲਬਾਤ ਵਿੱਚ ਹੀ ਠੱਪ ਹੋ ਗਈ। 2017 ਦਾ ਕਾਂਡ, ਹੁਣ ਇਲੈਕਸ਼ਨ ਫਿਰ ਆ ਗਏ ਤਾਂ ਉਹਦੇ ਵਿੱਚ ਸਾਰੇ ਸਿਆਸੀ ਲੀਡਰ ਹੈਗੇ, ਕਿਸੇ ਵੀ ਪਾਰਟੀ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਉਹਨਾਂ ਨੂੰ ਸਿਰਫ ਕੁਰਸੀ ਤੱਕ ਹੁੰਦਾ, ਕੋਈ ਮਰੇ ਕੋਈ ਜੀਵੇ, ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ, ਜਿਸ ਕਰਕੇ ਇਹ ਜਾਂਚ ਸਿਰੇ ਨਹੀਂ ਲੱਗ ਸਕੀ। ਜਿਹੜੇ ਬੰਦੇ ਪੁਲਿਸ ਨੇ ਟਰੇਸ ਕੀਤੇ ਦੇ ਵਿੱਚ ਬੰਬ ਕਾਂਡ ਕਰਨ ਵਾਲੇ, ਉਹਨਾਂ ਦਾ ਵੀ ਪਤਾ ਨਹੀਂ ਲਗਾ ਸਕੀ ਪੁਲਿਸ, ਉਹਨਾਂ ਨੂੰ ਨਹੀਂ ਫੜ ਸਕੀ। ਇਸ ਮਸਲੇ 'ਤੇ ਅਸੀਂ ਜਿਹੜੇ ਇਸ ਕਾਂਡ ਦੇ ਵਿੱਚ ਜ਼ਖਮੀ ਹੋਏ ਸੀਗੇ, ਗੰਭੀਰ ਜ਼ਖਮੀ ਸੀਗੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜਿਹੜੇ ਐਕਸ਼ਨ ਕਮੇਟੀ ਹੈਗੀ ਹੈ ਇੱਥੇ, ਉਹਨਾਂ ਦੇ ਕਿਸੇ ਨੁਮਾਇੰਦੇ ਦਾ ਵੀ ਪੱਖ ਜਾਣਾਂਗੇ ਵੀ ਜਾਂਚ ਕਿਉਂ ਨਹੀਂ ਸਿਰੇ ਲੱਗ ਸਕੀ। ਮੌੜ ਬੰਬ ਕਾਂਡ ਦੇ ਵਿੱਚ ਜਿਹੜੇ ਗੰਭੀਰ ਜ਼ਖਮੀ ਹੋਏ 2 ਦਰਜਨ ਦੇ ਕਰੀਬ ਲੋਕ, ਉਹਨਾਂ ਦੇ ਵਿੱਚੋਂ ਜਸਕਰਨ ਸਿੰਘ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸੀ, ਅਤੇ ਬਾਕੀ ਇਹਨਾਂ ਨੇ ਸਾਰੇ ਹਾਲਾਤ ਨੂੰ ਦੇਖਿਆ ਕਿਸ ਤਰ੍ਹਾਂ ਬੰਬ ਧਮਾਕਾ ਜਿਹੜਾ ਮੌੜ ਮੰਡੀ ਦੇ ਵਿੱਚ ਹੋਇਆ, ਸਾਰੀ ਗੱਲਬਾਤ ਅਸੀਂ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਜਿਸ ਦਿਨ ਇਹ ਬੰਬ ਕਾਂਡ ਹੁੰਦਾ ਗਾ ਅਤੇ ਉਸ ਦਿਨ ਤੁਸੀਂ ਕਿੱਥੇ ਸੀਗਾ
ਤੇ ਕਿੱਥੇ ਸੀਗੇ ਤੇ ਉੱਥੇ ਤੁਸੀਂ ਕਿਵੇਂ ਪਹੁੰਚਦੇ ਹੋ? ਜੇ ਇਹ ਬੰਬ ਕਾਂਡ ਜੀ 31 ਜਨਵਰੀ 2017 ਚ ਹੋਇਆ ਸੀਗਾ ਜੀ। ਉੱਥੇ ਅਸੀਂ ਹਰਿਮੰਦਰ ਸਿੰਘ ਜੱਸੀ ਕਾਂਗਰਸ ਦਾ ਲੀਡਰ ਸੀਗਾ ਜੀ, ਉੱਥੇ ਉਹਨਾਂ ਦੀ ਰੈਲੀ ਸੀ, ਉੱਥੇ ਗਏ ਹੋਏ ਸੀਗੇ ਜੀ। ਤੇ ਤਕਰੀਬਨ 8 ਵਜੇ ਦਾ ਟਾਈਮ ਸੀਗਾ ਜੀ, ਇੱਕ ਮਰੂਤੀ ਕਾਰ ਸੀਗੀ ਜੀ ਉੱਥੇ ਖੜੀ। ਤੇ ਜੱਸੀ ਜਦੋਂ ਆਪਦਾ ਭਾਸ਼ਣ ਭੁਸ਼ਣ ਦੇਖ ਕੇ ਤੁਰਨ ਲੱਗੇ ਜੀ, ਉੱਥੋਂ ਗੱਡੀ 'ਚ ਬਹਿ ਕੇ ਤੁਰਨ ਲੱਗੇ, ਇੱਕੇ ਦਮ ਉਦੋਂ ਭੈੜਾ ਬਲਾਸਟ ਹੋਇਆ ਜੀ, ਜਿਸ ਨਾਲ ਚਾਰੇ ਪਾਸੇ ਅੱਗ ਹੀ ਫੈਲ ਗਈ ਜੀ। ਤੇ ਅੱਗ ਜਦੋਂ ਉੱਪਰ ਡਿੱਗੀ ਜੀ, ਅਸੀਂ ਸਾਰੇ ਚਾਰੇ ਪਾਸੇ ਭੱਜ ਦੌੜ ਮੱਚ ਗਈ, ਲਾਈਟ ਉੱਡ ਗਈ, ਤਾਰਾਂ 'ਚ ਵੱਜੀ ਜਾ ਕੇ ਗੱਡੀਆਂ ਉੱਪਰ, ਤੇ ਹਾਹਾਕਾਰ ਮੱਚ ਗਈ ਜੀ ਚਾਰੇ ਪਾਸੇ। ਉਸ ਤਰ੍ਹਾਂ ਉੱਤੋਂ ਪੂਰਾ ਬਹੁਤ ਬੁਰਾ ਮੰਜ਼ਰ ਖੜ੍ਹਾ ਹੋਇਆ ਸੀ ਜੀ। ਅਤੇ ਉਸ ਤੋਂ ਬਾਅਦ ਕਿੰਨੇ ਕੁ ਬੰਦਿਆਂ ਦੀ ਮੌਤ ਹੋਈ ਤੁਹਾਨੂੰ ਬਾਅਦ 'ਚ ਪਤਾ ਲੱਗਿਆ ਹੋਣਾ ਵੀ ਕਿੰਨੇ ਕੁ ਲੋਕ ਮਰ ਗਏ? ਜਿਵੇਂ ਸਾਨੂੰ ਜਾਣਕਾਰੀ ਇਹ ਮਿਲੀ ਸੀ 7 ਜਿਹੜੇ ਬੰਦੇ ਉਹਦੇ 'ਚ ਮਰੇ ਆ, ਜਿਵੇਂ 5 ਵੱਡੇ ਆ, 5 ਛੋਟੇ ਬੱਚੇ ਆ ਅਤੇ 2 ਵੱਡੇ ਆ। ਮੌਕੇ 'ਤੇ ਮਤਲਬ ਜੀ 3 ਡੈਥਾਂ ਹੋਈਆਂ ਸੀ, ਬਾਕੀ ਬਾਅਦ 'ਚ ਹੋਈਆਂ ਜੀ, ਲਾ ਲਓ 1-2 ਦਿਨ ਬਾਅਦ 'ਚ। ਇੱਕ ਬੱਚਾ ਤਾਂ ਜੀ ਸਾਡੇ ਨਾਲ ਹੀ DMC 'ਚ ਦਾਖਲ ਸੀਗਾ, ਉੱਥੇ ਉਹਦੀ ਤਕਰੀਬਨ 1-35 ਦਿਨਾਂ ਬਾਅਦ ਮੌਤ ਹੋਈ ਹੈ ਜੀ ਸਾਡੇ ਕੋਲ। ਅਤੇ ਜਾਣੀ ਕਿ ਉਹ ਛੋਟੇ ਛੋਟੇ ਬੱਚੇ ਸੀ ਸਾਰੇ, ਜਿਨ੍ਹਾਂ ਦੀ ਡੈਥ ਹੋਈ ਆ। ਮੈਂ ਜਿਹੜਾ ਸਰੀਰ ਜੀ ਪੂਰੀ ਤਰ੍ਹਾਂ ਜਲ ਚੁੱਕਿਆ ਸੀਗਾ, ਅੱਜ ਤਕਰੀਬਨ 5 ਸਾਲ ਹੋਣ ਵਾਲੇ ਆ ਜੀ, ਥੋੜ੍ਹੀ ਘਣੀ ਰਿਕਵਰੀ ਹੋਈ ਆ। ਹੱਥ ਮੱਥਾ ਚਿਹਰਾ ਲੱਤਾਂ ਸਾਰਾ ਸਰੀਰ ਪੂਰੀ ਤਰ੍ਹਾਂ ਝੁਲਸਿਆ ਗਿਆ ਸੀ ਜੀ, ਹੁਣ ਸਰੀਰ ਨਕਾਰਿਆ, ਕੰਮ ਦੇ ਲਾਇਕ ਹੈ ਨਹੀਂ ਜੀ। ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ, ਕਿੰਨੇ ਪਰਿਵਾਰਕ ਮੈਂਬਰ ਸੀਗੇ? ਪਹਿਲਾਂ ਜੀ ਅਸੀਂ ਮੈਂ ਖੇਤੀਬਾੜੀ ਕਰਦਾ ਸੀਗਾ ਜੀ, ਮੇਰੇ 1 ਭੈਣ 1 ਭਰਾ, ਅਤੇ ਤਕਰੀਬਨ 1 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀਗਾ ਜੀ ਬੰਬ ਕਾਂਡ ਤੋਂ ਪਹਿਲਾਂ। ਅੱਛਾ। ਅਤੇ ਮੈਂ ਬਸ ਹਿੱਸੇ ਠੇਕੇ 'ਤੇ ਲੈ ਕੇ ਖੇਤੀ ਨਾਲ ਜ਼ਿਆਦਾ ਗੁਜ਼ਾਰਾ ਕਰਦੀ ਸੀ, ਮਾਂ ਪਿਓ ਦੀ ਮੇਰੇ ਦੀ ਡੈਥ ਹੋਈ ਹੋਈ, ਚਾਚਾ ਚਾਚੀ ਦੇ ਨਾਲ ਰਹਿੰਦੇ। ਹੁਣ ਫਿਰ ਉਹ ਇੰਨੇ ਲੰਮੇ ਸਮਾਂ ਹੋ ਗਿਆ ਕੋਈ ਕੰਮ ਕਾਰ ਨਹੀਂ ਹੁੰਦਾ? ਹਾਂਜੀ, ਬਸ ਕੰਮ ਕਾਰ ਤਾਂ ਕੋਈ ਨਹੀਂ ਹੁੰਦਾ, ਬਸ ਐਂ ਲਾ ਲਓ ਵੀ ਗਰਮੀਆਂ 'ਚ ਤਾਂ ਸਰੀਰ ਮੱਚਦਾ ਹੀ ਹੈ, ਸਿਆਲ 'ਚ ਐਂ ਵੀ ਤੁਰੇ ਫਿਰਦੇ ਤਾਂ ਵਗ ਜਾਂਦੇ, ਬਾਹਰ ਅੰਦਰ ਤੁਰੇ ਫਿਰਦੇ, ਕੰਮ ਨਹੀਂ ਹੁੰਦਾ ਕੋਈ? ਕੰਮ ਨਹੀਂ ਹੁੰਦਾ, ਜਾਂ ਚਾਮੜੀ ਦੇਖੋ ਇਹ ਪਤਲੀ ਹੈ ਜੀ, ਬਸ ਲੈ ਜਾਂਦੀ ਹੈ ਜੀ, ਦੁੱਖ ਕਹਿੰਦੀ ਆ, ਉੱਧੜੀ ਤਾਂ ਹੋਣੀ ਜਾਂਦੀ ਹੈ ਜੀ, ਦੇਖੋ ਠੰਡ ਕਾਰਨ ਉੱਧੜੀ ਜਾਂਦੀ ਹੈ ਇਹ, ਸਖਤ ਹੋ ਕੇ। ਅੱਛਾ, ਜਦੋਂ ਤੁਸੀਂ ਇੱਥੋਂ ਤੁਹਾਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਆਉਣੇ ਹੋ ਆਪਦੇ ਇੱਥੇ ਮੌੜ ਮੰਡੀ 'ਚ, ਅਤੇ ਉਸ ਤੋਂ ਬਾਅਦ ਲੋਕਾਂ ਨੇ ਕੀ ਸੰਘਰਸ਼ ਕੀਤਾ ਤੁਹਾਡੇ, ਜਿਵੇਂ ਲੋਕ ਡੈਥ ਹੋਈ ਜਾਂ ਤੁਸੀਂ ਜ਼ਖਮੀ ਹੋਏ ਸੀ, ਇਸ ਮਾਮਲੇ 'ਚ ਫਿਰ ਕਿਸ ਤਰ੍ਹਾਂ ਅੱਗੇ ਗੱਲ ਤੁਰੀ ਵੀ ਜਿਹੜੇ ਦੋਸ਼ੀ ਆ ਕੌਣ ਲੈ ਕੇ ਆਇਆ, ਕੀ ਹੋਇਆ, ਕਿਸ ਤਰ੍ਹਾਂ ਗੱਲ ਅੱਗੇ ਚੱਲੀ? ਇਹ ਗੱਲ ਤਾਂ ਲੈ ਲਓ ਜੀ, ਜਦੋਂ ਬੰਬ ਬਲਾਸਟ ਹੋਇਆ ਉਦੋਂ ਦੂਜੇ ਦਿਨ ਹੀ ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਦਾ ਗਠਨ ਹੋ ਗਿਆ ਸੀਗਾ ਜੀ। ਉਹਨਾਂ ਨੇ ਬਹੁਤ ਮੁੱਦਾ ਚੱਕਿਆ, ਧਰਨੇ ਵਗੈਰਾ ਲਾਏ, ਦਫ਼ਤਰਾਂ 'ਚ ਜਾਂਦੇ ਰਹੇ ਹੈ, ਅਤੇ ਉਸ ਵਕਤ ਵੀ ਲਾ ਲਓ ਕੋਈ ਸਿਆਸੀ ਲੀਡਰ ਤਾਂ ਕੋਈ ਨਹੀਂ ਆਇਆ ਜਿਹਦੇ, ਹਾਲਾਂਕਿ ਜੱਸੀ ਦੀ ਰੈਲੀ ਵਿੱਚ ਹੋਇਆ ਸੀ, ਉਹਨਾਂ ਨੂੰ ਵੀ ਕੋਈ ਕਿਸੇ ਦੀ ਬਾਂਹ ਨਹੀਂ ਫੜੀ, ਹਜੇ ਤਾਂ ਐਂ ਲਾ ਲਓ ਜੀ ਸਾਡਾ ਪਤਾ ਲੈਣ ਨਹੀਂ ਆਏ ਉਹ। ਅੱਛਾ ਜੀ, ਹਰਿਮੰਦਰ ਸਿੰਘ ਜੱਸੀ ਆਏ ਨਹੀਂ? ਨਾ ਜੀ ਨਾ, ਜਮਾਂ ਵੀ। ਅਤੇ ਹਜੇ ਉਹ ਹਲਕੇ 'ਚ ਹਜੇ ਤੁਰੇ ਫਿਰਦੇ ਆ, ਸੇਵਾਦਾਰ ਕਹਾਉਂਦੇ ਆ, ਆਪਦੇ ਪੋਸਟਰ ਵਗੈਰਾ ਹੁਣ ਵੀ ਲਾ ਰਹੇ ਆ। ਇੱਕ ਇਹੀ ਬੇਨਤੀ ਕਰਦੇ ਹਾਂ ਵੀ ਨਾ, ਜਿਹੜਾ ਇਦੋਂ ਪਹਿਲਾਂ ਸਾਡੇ ਨਾਲ ਹੋ ਚੁੱਕਿਆ ਇਹ ਘਟਨਾ, ਜੇ ਇਹੋ ਜਿਹੇ ਲੀਡਰ ਨੂੰ ਟਿਕਟ ਵਗੈਰਾ ਦਿੰਦੇ ਹੋ ਜਾਂ ਦੁਬਾਰੇ ਆਉਂਦਾ, ਇਹ ਕਾਂਡ ਫੇਰ ਨਾ ਹੋ ਜੇ, ਡਰ ਲੱਗਦਾ ਜੀ ਇਹਨਾਂ ਤੋਂ, ਪਾਸੇ ਹੀ ਚੰਗਾ। ਅੱਛਾ, ਇਹਦੇ ਮਾਮਲੇ 'ਚ ਸੈੱਟ ਵੀ ਬਣੀ ਸੀ ਕੋਈ? ਹਾਂਜੀ, ਊਂ ਸੁਣਿਆ ਜੀ ਸੈੱਟ ਬਣੀ ਆ, ਜਿਵੇਂ ਮੈਂ ਤਕਰੀਬਨ ਹੁਣ ਬਾਹਰ ਅੰਦਰ ਜਾਣ ਲੱਗਿਆ ਜੀ, ਵੀ ਲਾ ਲਓ 6 ਮਹੀਨੇ ਹੋਏ ਹੋਣਗੇ, ਅਤੇ ਪਹਿਲਾਂ ਸਾਡੇ ਕੋਲ ਕਿਸੇ ਨੇ ਕੋਈ ਬਿਆਨ ਨਹੀਂ ਲਿਆ ਸਾਡਾ ਘਰ ਆ ਕੇ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਟੀਮ ਨੇ। ਅੱਛਾ, ਹਜੇ ਤੱਕ ਨਹੀਂ ਲਿਆ? ਨਹੀਂ, ਹਾਂ ਹਜੇ ਤਾਂ ਕੋਈ ਨਹੀਂ ਲਿਆ ਜੀ। ਤਕਰੀਬਨ 1 ਵਾਰ ਜਦੋਂ ਕਹਿੰਦੇ ਦੁਬਾਰੇ ਸੈੱਟ ਬਣੀਆਂ, ਉਦੋਂ ਥਾਣੇ 'ਚ ਸਾਨੂੰ ਜ਼ਰੂਰ ਸੱਦਿਆ ਸੀ ਆਪਣੇ ਮਾਉੜਾ, ਅਤੇ ਉਦੋਂ ਸਾਡੇ ਲਿਖੇ ਸੀ ਵੀ ਘਰ ਆ ਕੇ ਸਾਡਾ ਉਦੋਂ ਮੌਕੇ 'ਤੇ, ਵੀ ਤੁਸੀਂ ਦੇਖਿਆ ਹੋ ਤੱਤੇ ਕਾ ਕੁਛ ਦੇਖਿਆ, ਕਿਸੇ ਨੇ ਕੁਛ ਨਹੀਂ ਪੁੱਛਿਆ ਸੀ। ਅੱਛਾ, ਕੋਈ ਗੱਲਬਾਤ ਨਹੀਂ? ਨਾ ਜੀ, ਕੋਈ ਨਹੀਂ। ਅਤੇ ਕੋਈ ਤੁਹਾਨੂੰ ਕਿਸੇ ਰਾਹੀਂ ਪਤਾ ਲੱਗਿਆ ਹੋਣਾ ਵੀ ਜਿਹੜੀ ਉਹ ਕਾਰ ਸੀ, ਜਿਹੜਾ ਉਹ 'ਚ ਬੰਬ ਸੀ, ਜਾਂ ਉਹ ਕਾਰ ਕਿਹਦੀ ਸੀ ਬੰਬ, ਕਿ ਜੇ ਪੁਲਿਸ ਨੇ ਜਿਹੜੇ ਪਹਿਲੀ ਸੈੱਟ ਬਣੀ ਸਾਨੂੰ ਜਾਣਕਾਰੀ ਜਿਹੜੀ ਮਿਲੀ ਹੈ ਉਹਦੇ 'ਚੋਂ ਕੋਈ ਸਾਹਮਣੇ ਗੱਲ ਆਈ ਜਾਂ ਅਖਬਾਰਾਂ ਰਾਹੀਂ ਪਤਾ ਲੱਗਿਆ ਹੋਣਾ ਵੀ ਇਹ ਕਿਹਨੇ ਕਰਵਾਇਆ ਸਾਰਾ ਕੁਛ? ਉਹ 'ਚ ਸਾਹਮਣੇ ਗੱਲ ਤਾਂ ਇਹ ਆਈ ਹੈ ਜੀ, ਜਦੋਂ ਗੱਡੀ ਸੀਗੀ ਕਹਿੰਦੇ ਇਹ ਉਸੇ ਦਿਨੀ ਜੱਸੀ ਦੇ ਕਾਫਲੇ 'ਚ ਦੇਖੀ ਗਈ ਸੀਗੀ ਉਹ ਮਰੂਤੀ ਗੱਡੀ। ਅੱਛਾ, ਉਹੀ ਗੱਡੀ? ਉਹੀ ਗੱਡੀ, ਉਹਦੇ ਪ੍ਰਚਾਰ 'ਚ ਕਹਿ ਲਓ ਕਿਵੇਂ ਕਹਿ ਲਓ, ਅਤੇ ਵੀ ਦੇਖੀ ਗਈ। ਉਦੋਂ ਬਾਅਦ ਉਹ ਪਤਾ ਲੱਗਿਆ ਵੀ ਉਹ ਗੱਡੀ ਪੁਰਾਣੀ ਲੈ ਕੇ ਸਰਸੇ ਡੇਰੇ 'ਚੋਂ ਤਿਆਰ ਹੋਈ ਹੈ, ਮੇਨ ਵਰਕਸ਼ਾਪ ਉੱਥੇ ਜਿਹੜੀ ਅੰਦਰ ਬਾਬੇ ਦੇ, ਉੱਥੋਂ ਤਿਆਰ ਹੋ ਕੇ ਆਈ ਹੈ। ਉਹਦਾ ਰੰਗ ਨੰਬਰ ਸਾਰਾ ਟਰੇਸ ਹੋ ਗਿਆ ਸੀ, ਬੈਟਰੀ ਤੋਂ ਲੈ ਕੇ ਪਤਾ ਲੱਗਿਆ ਸੀ ਵੀ ਇਹ ਕਹਾਣੀ ਸਰਸੇ ਨਾਲ ਜਾ ਜੁੜੀ ਸੀਗੀ ਜੀ। ਅਤੇ ਉੱਥੋਂ ਦੇ ਡੈਂਟਰ ਪੈਂਟਰ ਚੱਕ ਕੇ ਜਿਹੜੇ ਗੱਡੀ ਨੂੰ ਤਿਆਰ ਕਰਿਆ ਜੀ, ਉਹਨਾਂ ਨੇ ਬਿਆਨ ਵੀ ਦਿੱਤੇ ਹੈ, ਅਤੇ ਜਿਨ੍ਹਾਂ ਨੇ ਉਹਨਾਂ ਨਾਂ ਰੱਖਿਆ ਜੀ ਬੰਦਿਆਂ ਦਾ, ਵੀ ਜਿਨ੍ਹਾਂ ਨੇ ਬੰਬ ਬਲਾਸਟ ਕਰਾਉਣ 'ਚ ਹੱਥ ਹੈ, 3 ਬੰਦਿਆਂ ਦੇ ਨਾਂ ਦਿੱਤੇ ਆ ਜੀ, ਅਤੇ ਉਹ 3 ਸਰਸੇ ਡੇਰੇ ਦੇ ਵਿੱਚ ਹੀ ਰਹਿੰਦੇ ਸੀਗੇ। ਅਤੇ ਹਜੇ ਤਾਂ ਜਾਣੀ ਕਿ ਉਹਨਾਂ ਦਾ ਪਤਾ ਤਾਂ ਕੋਈ ਨਹੀਂ ਲੱਗਿਆ ਵੀ
किधर गए किधर ना उन्होंने भगौड़ा करार दे चुके है जी भी बंद अनाउंस करते कले तो स्केच स्कुच बनाए जी जो तो दुबारे सैट के तुम दस पहली सैट का तुम चलो इतने नहीं आई ना थोड़े बयान लाए दूजी सैट के तुम जो थाने जाने उ गलबात हुई कोई दसोंगे सू गलबात यही हुई है जी सारे जिन्हें असं जख्मी से सारे जिन्हें डेथा सारे सद्या जी उत्थे मौके पर कहानी पूछे उन्होंने यही कुछ दसिया असी भी जिहड़ा कुछ साडी अखां दे सामने होया किवें ब्लास्ट होया किवें होया भी सारा कुछ असीं उन्हां नूं भी दस्सिया सीगा भी जे भी टारगेट आपां मान लो भी जस्सी हुंदा जस्सी पहलां गड्डी आपदी गड्डी कोले खड़ा गल्लां करी गया जे उहनूं मारना हुंदा तां बंब उदों क्यों नहीं चलाया उहनां ने जदों जाणी कि गड्डी 'च बहि के गड्डी दी टाकी बंद करके गड्डी तोड़ दिया फिर ब्लास्ट हुंदा जी जे कोई इहो जिही घटना करनी हुंदी तां ला लो भी जां तां वोटां लेट लूट कराउण दा सी भी दूजा कैंडीडेट नूं डैथ हो जांदी तां वोटां लेट हो जांदियां फिर ਵੀ ਸਾਂਭ ਲਾਂਗੇ ਆਪਦਾ ਉੱਥੋਂ ਜੇ ਤੁਸੀਂ ਬਿਆਨ ਦੇਣਗੇ ਦੂਜੀ ਸੈੱਟ ਨੂੰ ਇਹ ਕਿੰਨੇ ਚਿਰ ਦੀ ਗੱਲ ਹੈ ਇਹ ਤਕਰੀਬਨ 8-9 ਮਹੀਨੇ ਹੋ ਗਏ ਹੋਣਗੇ ਜੀ ਕਿਸੇ ਅਫਸਰ ਨੂੰ ਪਛਾਣਦੇ ਹੋ ਪੁਲਿਸ ਅਫਸਰ ਕਿਹੜਾ ਸੀ ਪੁਲਿਸ ਅਫਸਰ ਇੱਕਦਮ SSP ਨਾਨਕ ਸਿੰਘ ਸੀਗੇ ਜੀ ਅੱਛਾ ਬਠਿੰਡੇ ਰਹੇ ਜਿਹੜੇ ਬਠਿੰਡੇ ਰਹੇ ਹਾਂ ਉਹ ਸੀਗੇ ਇੱਕ IGC ਸ਼ਾਇਦ ਜੀ ਮੈਂ ਨਾਂ ਨਹੀਂ ਉਹਨਾਂ ਦਾ ਜਾਣਦਾ ਜੀ ਦੋਨੇ ਅਫਸਰ ਬਠਿੰਡੇ ਤੋਂ ਆਏ ਸੀਗੇ ਜੀ ਅੱਛਾ ਫਿਰ ਇਹਦੇ 'ਚ ਕਿਸੇ ਤਰ੍ਹਾਂ ਦਾ ਜਿਵੇਂ ਹੁਣ ਜਿਹਨਾਂ ਲੋਕਾਂ ਦੀ ਮੌਤ ਹੋ ਗਈ ਜਾਂ ਤੁਸੀਂ ਜਿਹੜੇ ਜ਼ਖਮੀ ਹੋ ਗਏ ਉਹਨਾਂ ਨੂੰ ਕੋਈ ਐਲਾਨ ਸਰਕਾਰ ਨੇ ਕੀਤਾ ਉਸ ਸਮੇਂ ਵੀ ਭਾਈ ਅਸੀਂ ਆਹ ਇਹਨਾਂ ਦੀ ਮਦਦ ਕਰਾਂਗੇ ਹਾਂਜੀ ਤਕਰੀਬਨ ਮੈਨੂੰ ਬਾਅਦ ਪਤਾ ਲੱਗਿਆ ਜੀ ਕਿਉਂਕਿ ਐਲਾਨ ਹੋਇਆ ਵੀ ਜਿਹਨਾਂ ਦੀ ਡੈਥ ਹੋਈ ਉਹਨਾਂ ਨੂੰ 5-5 ਲੱਖ ਰੁਪਈਆ ਅਤੇ ਸਰਕਾਰੀ ਨੌਕਰੀ ਦਿੱਤੀ ਜਾਊਗੀ ਅਤੇ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ 50-50 ਹਜ਼ਾਰ ਜੀ ਉਦੋਂ 50-50 ਹਜ਼ਾਰ ਤਕਰੀਬਨ ਥੋੜ੍ਹੇ ਜਿਹੇ ਜਾਣਿਆਂ ਨੂੰ ਮਿਲਿਆ ਜੀ ਜਾਣੀ ਕਿ ਦਰਜਨਾਂ ਜ਼ਖਮੀ ਹੋਈ ਸੀ ਹੁਣ ਲਾ ਲਓ ਵੀ ਸਾਨੂੰ ਵੀ 50 ਹਜ਼ਾਰ ਹੀ ਸਰਕਾਰ ਕਰਨੀ ਮਦਦ ਆਈ ਹੈ ਜਾਣੀ ਕਿ ਅਸੀਂ ਗੰਭੀਰ ਰੂਪ 'ਚ ਜ਼ਖਮੀ ਸੀਗੇ ਜੀ 2-3 ਜਾਣੇ ਪੂਰੇ ਗੰਭੀਰ 'ਚ ਲਾ ਲਓ ਵੀ ਮੈਂ ਹੁਣ 3-3.5 ਸਾਲ ਬਾਅਦ ਮੰਜੇ 'ਚੋਂ ਬੜਾ ਤੁਰਨ ਫਿਰਨ ਲੱਗੇ ਜੀ ਅੱਛਾ ਤੁਹਾਨੂੰ 50 ਹਜ਼ਾਰ ਆਏ ਅਤੇ ਤੁਹਾਡੇ ਜਿਹੜਾ ਇਲਾਜ ਜਿਹੜਾ ਤੁਸੀਂ ਕਿੱਥੋਂ ਕਰਾਇਆ ਅਤੇ ਕਿੰਨੇ ਕੁ ਪੈਸੇ ਲੱਗ ਗਏ ਇਹ ਇਲਾਜ ਤਾਂ ਲਾ ਲਓ ਜੀ ਉਦੋਂ 17 ਤੋਂ ਹੀ ਚੱਲਦਾ ਆ ਡੇ ਪਹਿਲਾਂ ਸੀਗੇ ਇੱਥੋਂ ਮੈਨੂੰ ਚੱਕ ਕੇ ਬਠਿੰਡੇ ਲੈ ਗਏ ਜੀ ਬਠਿੰਡੇ ਤੋਂ ਫਰੀਦਕੋਟ ਰੈਫਰ ਕਰਤਾ ਜੀ ਫਰੀਦਕੋਟ ਤੋਂ ਲੁਧਿਆਣੇ DMC ਰੈਫਰ ਕਰਤਾ DMC ਤਕਰੀਬਨ ਅਸੀਂ 2.25 ਮਹੀਨੇ ਰਹੇ ਹਾਂ ਜੀ ਦਵਾਈਆਂ ਵਗੈਰਾ ਦਾ ਖਰਚਾ ਖੈਰ ਉਦੋਂ ਸਰਕਾਰ ਨੇ ਕਰਿਆ ਉਦੋਂ ਬਾਅਦ ਜਿਹੜਾ ਵੀ ਪੱਟੀ ਕਰਾਉਣ ਜਾਂਦੇ ਸੀ ਅਸੀਂ ਇੱਕ ਦਿਨ ਛੱਡ ਕੇ ਜਾਂ ਹੋਰ ਮੈਡੀਕਲ ਲੱਗਦਾ ਸੀ ਉਦੋਂ ਬਾਅਦ ਸਾਰਾ ਕੁਛ ਸਾਡਾ ਹੋਇਆ ਜੀ ਅਤੇ ਡਾਕਟਰ ਨੇ ਮੈਨੂੰ AC ਰੈਕਮੈਂਡ ਕਰਿਆ ਸੀ ਵੀ AC ਲਾ ਕੇ ਰੱਖਣਾ ਜੀ ਕਿਉਂ ਉਦੋਂ ਬਾਅਦ ਹਵਾ ਇੰਨੀ ਪ੍ਰਦੂਸ਼ਣ ਹੁੰਦੀ ਹੈ ਵੀ ਇਨਫੈਕਸ਼ਨ ਫੈਲ ਕੇ ਕੁਛ ਵੀ ਹੋ ਸਕਦਾ ਜੀ ਉਸ ਕਾਰਨ ਮੈਨੂੰ AC ਲਾਉਣਾ ਪਿਆ ਜੀ ਅਤੇ ਸਰੀਰ ਗਰਮੀ ਨਹੀਂ ਚੱਲਦਾ ਇਹਦਾ ਬਿੱਲ ਵੀ ਅਸੀਂ ਬਹੁਤ ਭਰਿਆ ਜੀ ਪਹਿਲਾਂ ਤਾਂ ਹੁਣ ਤਾਂ ਫਿਰ ਫ੍ਰੀ ਹੈ ਵੀ ਅੱਛਾ ਅਤੇ ਇਹਦਾ ਇਲਾਜ 'ਤੇ ਕਿੰਨਾ ਖਰਚ ਹੋਊਗਾ ਟੋਟਲ ਤਕਰੀਬਨ 12-13 ਲੱਖ ਰੁਪਇਆ ਖਰਚ ਹੋ ਗਿਆ ਜੀ ਜਿਵੇਂ ਹਰਮਿੰਦਰ ਸਿੰਘ ਜੱਸੀ ਦੀ ਰੈਲੀ 'ਚ ਬੰਬ ਕਾਂਡ ਹੋਇਆ ਚਲੋ ਉਹ ਕਿਉਂ ਨਹੀਂ ਆਏ ਉਹ ਤਾਂ ਉਹੀ ਦੱਸ ਸਕਦੇ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਅਕਾਲੀ ਦਲ ਦੀ ਕਰਦੇ ਹਾਂ ਜਾਂ ਆਮ ਆਦਮੀ ਪਾਰਟੀ ਦੀ ਕਰਦੇ ਹਾਂ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਲੀਡਰ ਹੈਗੇ ਉਹਨਾਂ 'ਚ ਕੋਈ ਆਇਆ ਕਿਉਂਕਿ ਵੋਟਾਂ ਵੇਲੇ ਤਾਂ ਬੜੀਆਂ ਰੇਹੜੀਆਂ ਕੱਢਦੇ ਆ ਵੀ ਸਾਨੂੰ ਵੋਟਾਂ ਪਾਓ ਅਤੇ ਦੁੱਖ ਦੇ ਸਮੇਂ ਆ ਖੜਦੇ ਨਹੀਂ ਉਹਨਾਂ 'ਚ ਕੋਈ ਆਇਆ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਉਦੋਂ ਜੀ ਤੱਤੇ ਘਾਤ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਸਾਡੇ ਕੋਲ ਨਹੀਂ ਆਇਆ ਲਾ ਲਓ ਵੀ 1-1.5 ਮਹੀਨੇ ਦੇ ਅੰਦਰ ਕੋਈ ਨਹੀਂ ਆਇਆ ਉਦੋਂ ਬਾਅਦ ਜਦੋਂ ਆਇਆ ਕਮਾਲੂ ਸਾਹਿਬ ਸਾਡਾ ਪਤਾ ਲੈ ਕੇ ਗਏ ਖੈਰ ਜਿੰਨੀ ਕੁ ਮਦਦ ਵਾਲੀ ਸੀ ਉਹਨਾਂ ਨੇ ਕਰਾਈ ਆ ਖਹਿਰਾ ਸਾਹਿਬ ਤੋਂ ਮਦਦ ਕਰਾਈ ਸਾਡੀ ਕਹਿ ਕਹਾ ਕੇ ਅਤੇ ਕਾਂਗੜ ਸਾਹਿਬ ਨੇ ਆਪਦੀ ਨਿੱਜੀ ਤੌਰ 'ਤੇ ਸਾਡੀ ਮਦਦ ਕਰੀ ਅਤੇ ਹੁਣ ਸਾਡੇ ਕਮਾਲੂ ਸਾਹਿਬ ਨੇ ਮੇਰੀ ਪੈਨਸ਼ਨ ਬਣਾਈ ਸੀਗੀ ਜੀ ਵੀ 10,000 ਰੁਪਇਆ ਮਹੀਨਾ ਜਦੋਂ ਕਾਂਗਰਸ ਜੁਆਇਨ ਕਰੀ ਉਹਨਾਂ ਨੇ ਆ ਕੇ ਇੱਧਰ ਅਤੇ ਉਹ ਤਕਰੀਬਨ ਜੀ ਮਹੀਨਾ ਇੱਕ ਚੈੱਕ ਆਇਆ ਜੀ ਸਾਡੇ ਕੋਲ ਉਦੋਂ ਬਾਅਦ ਤੋਂ ਤਕਰੀਬਨ ਹੁਣ 3 ਮਹੀਨੇ ਹੋ ਗਏ ਜੀ ਉਹਦੀ ਕੋਈ ਵੀ ਆਈ ਨਹੀਂ ਕੋਈ ਬਾਹਰ ਅੱਛਾ ਅੱਛਾ ਵੀ 3 ਮਹੀਨੇ ਹੋ ਗਏ ਜਿਹੜੀ ਉਹ 10,000 ਵਾਲੀ ਪੈਨਸ਼ਨ ਸੀ ਉਹ ਆਈ ਨਹੀਂ ਹਾਂਜੀ ਆਈ ਅੱਛਾ ਉਹ ਤੁਹਾਡੀ ਬਣਾਈ ਜਾਂ ਹੋਰ ਜੇ ਜ਼ਖਮੀ ਉਹਨਾਂ ਦੀ ਕੋਈ ਮਾੜੀ ਮੋਟੀ ਬਣਾਈ ਹੈ ਜਾਂ ਕਿਸ ਤਰ੍ਹਾਂ ਹੈਗਾ ਨਹੀਂ ਉਹ ਜੀ ਇਹਨਾਂ ਨੇ ਵਿਧਾਨ ਸਭਾ 'ਚ ਮੁੱਦਾ ਉਠਾਇਆ ਸੀ ਸਪੈਸ਼ਲ ਮਿਲ ਕੇ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਅਤੇ ਵਿਧਾਨ ਸਭਾ 'ਚ ਮੁੱਦਾ ਪਾ ਕੇ ਪਾਸ ਕਰਾਏ ਸੀਗੇ ਜੀ ਇਹ ਮੇਰੀ ਪੈਨਸ਼ਨ ਦਾ ਫਿਰ 5-6 ਮੁੱਦੇ ਸੀਗੇ ਜੀ ਸਾਡੇ ਫੇਅਰ ਗ੍ਰੇਡ ਲਿਆਂਦੀ ਆ ਮੰਡੀ 'ਚ ਇਹਨਾਂ ਨੇ ਅਤੇ ਜਿਹੜਾ ਨੌਕਰੀਆਂ ਵਾਲਾ ਮੁੱਦਾ ਉਹ ਕਹਿੰਦੀ ਵੀ ਅਸੀਂ ਕਿਰਾਇਆ ਕਹਿ ਕਹਾ ਕੇ ਜਿਹੜੇ ਹੁਣ ਤੁਹਾਡੇ ਨਾਲ ਉਹਨਾਂ ਦੀ ਜਿਹੜੀ ਤੁਹਾਡੇ ਤੁਸੀਂ ਤਾਂ ਜ਼ਖਮੀ ਹੋਏ ਉਹਨਾਂ ਦੀ ਮੌਤ ਹੋਈ ਬੰਦੇ ਜੀ ਉਹਨਾਂ ਨੂੰ ਫਿਰ ਜਿਹੜਾ ਸਰਕਾਰੀ ਨੌਕਰੀ ਦਾ ਕਿਹਾ ਸੀ ਮਿਲ ਗਈ ਉਹਨਾਂ ਨੂੰ ਕਿ ਨਹੀਂ ਮਿਲੀ ਨਹੀਂ ਊਂ ਜੀ ਕਾਰਵਾਈ ਉਹਨਾਂ ਦੀ ਚੱਲੀ ਜਾਂਦੀ ਆ ਤਕਰੀਬਨ ਵੀ 1-2 ਜਣਿਆਂ ਨੂੰ ਮਿਲ ਗਈ ਬਾਕੀ ਰਹਿੰਦੇ ਆ ਜੀ ਵੀ ਕਾਰਵਾਈ ਹੋ ਹੀ ਜਾਂਦੀ ਆ ਹਜੇ ਕੰਪਲੀਟ ਨਹੀਂ ਹੋਈ ਇਹਦੇ ਵਿੱਚ ਜਦੋਂ ਪੂਰਾ ਮਾਮਲਾ ਆਪਾਂ ਦੇਖਦੇ ਹਾਂ ਤੁਸੀਂ ਦੱਸਿਆ ਵੀ ਬੰਦੇ ਟਰੇਸ ਹੋ ਜਾਂਦੇ ਫਿਰ ਇੱਕ ਹਿਸਾਬ ਦਾ ਪੁਲਿਸ ਦੀ ਮਿਲੀ ਭੁਗਤੀ ਲੱਗਦੀ ਹੈ ਵੀ ਮਾਮਲੇ ਨੂੰ ਰਾਜਨੀਤਿਕ ਲੀਡਰ ਵੀ ਲੱਗਦੇ ਆ ਡੇਰਾ ਸਿਰਸੇ ਵਾਲੇ ਆ ਜਿਹੜਾ ਸਾਹਿਬ ਉਹ ਵੀ ਹੈ ਸਾਰਿਆਂ ਦੀ ਲੱਗਦੀ ਹੈ ਫਿਰ ਤਾਂ ਇਹ ਤਾਂ ਜੀ ਉਹੀ ਗੱਲ ਹੈ ਨਾ ਜੀ ਜਦੋਂ ਹੁਣ ਮਾੜੇ ਮੋਟੀ ਚੋਰੀ ਹੋ ਜਾਂਦੀ ਹੈ ਜਾਂ ਕੋਈ ਹੋਰ ਇਹਨਾਂ ਦੇ ਰਾਜਨੀਤਿਕ ਲੀਡਰਾਂ ਦੇ ਘਰੇ ਕੋਈ ਵਾਪਰ ਜਾਂਦੀ ਹੈ ਘਟਨਾ ਉਹ ਤਾਂ ਉਦੀ ਫੜੇ ਜਾਂਦੇ ਆ ਹੁਣ ਤਕਰੀਬਨ 5 ਸਾਲ ਹੋ ਚੁੱਕੇ ਜੀ ਇਸ ਘਟਨਾ ਨੂੰ ਹਜੇ ਤਾਈਂ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਕਿਹਨੇ ਕਰਾਇਆ ਸੀ ਕਿਉਂ ਕਰਾਇਆ ਸੀ ਕੌਣ ਇਹ 'ਚ ਸਿਆਸੀ ਬੰਦੇ ਤਾਂ ਲਾਜ਼ਮੀ ਹੋਣਗੇ ਜੀ ਕੋਈ ਹੋਵੇ ਕਿਸੇ ਵੀ ਪਾਰਟੀ ਦਾ ਹੋ ਸਕਦਾ ਆਪਾਂ
ਨੂੰ ਇੰਨਾ ਤਾਂ ਇਲਮ ਹੈ ਨਹੀਂ ਹਜੇ ਪਰ ਹੋਣਗੇ ਲਾਜ਼ਮੀ ਜੀ ਅਸੀਂ ਇਹੀ ਕਹਿੰਦੇ ਸਾਨੂੰ ਨਾਲੇ ਤਾਂ ਇਹ ਇਨਸਾਫ ਮਿਲਣਾ ਚਾਹੀਦਾ ਜੀ ਕਿਉਂ ਆਹ ਮੂਹਰੇ ਹੁਣ ਬਸ 3 ਮਹੀਨੇ ਰਹਿ ਗਏ ਜੀ ਬਰਸੀ ਆਉਣ ਵਾਲੀ ਉੱਥੇ ਮਨਾਉਣੇ ਹੁੰਦੇ ਅਸੀਂ ਭੋਗ ਪਾਉਣੇ ਹੁੰਦੇ 31 ਜਨਵਰੀ ਨੂੰ ਜੀ ਅਤੇ ਵੀ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵੀ ਕਿਹਨੇ ਕਰਾਇਆ ਸਾਨੂੰ ਪਤਾ ਤਾਂ ਲੱਗੇ ਵੀ ਸਾਡੀ ਹਾਲਤ ਕਿਹਦੇ ਕਾਰਨ ਹੋਈ ਆ ਕਿਉਂ ਕਰਾਇਆ ਅਤੇ ਜਿਹੜੇ ਅਸੀਂ ਨਕਾਰਾ ਕਰਤੇ ਜਾਂ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਸੀ ਡੈਥਾਂ ਹੋ ਗਈਆਂ ਜੀ ਇਕੱਲਾ ਇਕੱਲਾ ਪੁੱਤੀ ਸੀ ਇਹਦੇ 'ਚ ਫਿਰ ਹੁਣ ਤਾਂ ਇੱਛਾ ਨਹੀਂ ਕਰਦੀ ਹੋਣੀ ਯਾਰ ਕਿਸੇ ਰੈਲੀ 'ਚ ਜਾਈਏ ਨਹੀਂ ਜੀ ਹੁਣ ਤਾਂ ਇੱਛਾ ਕੀ ਕਰੂ ਜੀ ਜਦੋਂ ਜਿਹਦੇ ਕਾਰਨ ਗਏ ਸੀ ਜਾਂ ਖੜ੍ਹੇ ਉਹੀ ਆ ਕੇ ਨਹੀਂ ਖੜ੍ਹੇ ਹੁਣ ਕਿਸੇ 'ਤੇ ਵਿਸ਼ਵਾਸ ਹੀ ਨਹੀਂ ਹੁੰਦਾ ਜੀ ਰਾਜਨੀਤਿਕ ਪਾਰਟੀਆਂ ਖੋਖਲੀ ਧਰੇ ਹੀ ਲੱਗਦੀਆਂ ਨੇ ਸਾਰੀਆਂ ਵੀ ਆਪਦਾ ਆਪਦਾ ਰੋਟੀਆਂ ਸੇਕਦੀਆਂ ਨੇ ਹੋਰ ਕੋਈ ਕੰਮ ਨਹੀਂ ਹੁਣ ਜਿਵੇਂ ਤੁਸੀਂ ਕੰਮ ਤੋਂ ਨਕਾਰਾ ਹੋ ਗਏ ਤਾਂ ਹੁਣ ਤੁਹਾਨੂੰ ਮੌਜੂਦਾ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਮੌਜੂਦਾ ਸਮੇਂ 'ਚ ਐਂ ਲਾ ਲਓ ਜੀ ਜਦੋਂ ਹੁਣ ਕੰਮ ਵਾਲਾ ਮੈਂ ਸੀਗਾ ਜੀ ਕੰਮ ਕਰ ਤੋਂ ਘਰੇ ਬੈਠਿਆ ਭੈਣ ਮੇਰੀ ਵਿਆਹੁਣ ਵਾਲੀ ਇੱਕ ਭਾਈ ਹੈ ਜੀ ਉਹ ਜਿਹੜਾ ਕੰਮ ਕਰਦਾ ਬਸ ਉਹਦੇ ਨਾਲ ਟਾਈਮ ਪਾਸ ਚੱਲੀ ਜਾਂਦਾ ਅਤੇ ਇੱਕ ਹੁਣ ਸਾਡੇ ਇੱਥੇ ਮਨਿੰਦਰ ਸਿੰਘ ਸੇਖੋਂ ਹੈ ਜੀ ਲੀਡਰ ਉਹਨਾਂ ਨੇ ਇੱਕ ਵਹਿਣ ਸ਼ੁਰੂ ਕਰਿਆ ਇੱਥੇ ਪੜ੍ਹੇਗਾ ਮੌੜ ਵਧੇਗਾ ਮੌੜ ਦੇ ਅਧੀਨ ਮੇਰੇ ਬੱਚੇ ਦਾ ਪੜ੍ਹਾਈ ਦਾ ਉਹਨਾਂ ਨੇ ਖਰਚਾ ਚੱਕਿਆ ਜੀ ਅਤੇ ਹੋਰ ਵੀ ਸਾਡੀ ਮਦਦ ਕਰੀ ਜਾਂਦੇ ਇਹੀ ਅਸੀਂ ਕਮਾਲੂ ਸਾਹਿਬ ਨੂੰ ਕਹਿੰਦੇ ਵੀ ਜਿਹੜੀ ਉਹਨਾਂ ਨੇ ਪੈਨਸ਼ਨ ਲਵਾਈ ਆ ਉਹ ਸਾਡੀ ਪਰਮਾਨੈਂਟ ਕਰਾਉਣ ਕਿਸੇ ਲੋਟ ਵੀ ਹੁਣ 1 ਮਹੀਨਾ ਆ ਗਈ ਚੈੱਕ ਉਹਨਾਂ ਨੇ ਆਪਦੇ ਹੱਥੀਂ ਦਵਾਇਆ ਸਾਨੂੰ ਅਤੇ ਹਲੇ ਨਹੀਂ ਆਈ ਜੀ ਉਹ ਵੀ 3 ਮਹੀਨੇ ਹੋ ਗਏ ਵੀ ਉਹ ਸਾਡੇ ਜੇ ਚੱਲੀ ਜਾਵੇ ਤਾਂ ਸਾਡਾ ਖਰਚਾ ਰੁੜੀ ਜਾਊ ਸੌਦਾ ਪੱਤਾ ਜੀ ਕੰਮ ਕਾਰ ਵਾਲਾ ਦਾ ਸਰੀਰ ਹੈ ਹੀ ਨਹੀਂ ਜੀ ਅਤੇ ਹੁਣ ਯਾਨੀ ਖਰਚਾ ਹੀ ਹੈ ਘਰੋਂ ਕਰੀ ਜਾਂਦੇ ਬਸ ਜਿਹੜਾ ਚਾਚਾ ਚਾਚੀ ਦੇ ਸਿਰ 'ਤੇ ਜਾਂ ਹੋਰ ਕੋਈ ਚੱਲੀ ਜਾਂਦਾ ਅਤੇ ਤੁਸੀਂ ਜਸਕਰਨ ਸਿੰਘ ਦੇ ਮੂੰਹੋਂ ਸੁਣਿਆ ਵੀ ਕਿਸ ਤਰ੍ਹਾਂ ਦੇ ਹਾਲਾਤ ਵਾਪਰੇ ਅਤੇ ਕੀ ਹੋਇਆ ਜਿਹੜੇ ਰਾਜਨੀਤਿਕ ਲੀਡਰ ਹੈ ਕਿਸੇ ਪਾਰਟੀਆਂ ਦਾ ਜਿਹੜੀਆਂ ਗੱਲਾਂ ਕਰਦੇ ਆ ਵੋਟਾਂ ਤੋਂ ਪਹਿਲਾਂ ਵੀ ਸਾਨੂੰ ਤੁਸੀਂ ਜੀ MLA ਬਣਾਓ MP ਬਣਾਓ ਤੁਹਾਡੇ ਅਸੀਂ ਦੁੱਖ ਸੁੱਖ ਦੇ ਸਾਂਝੀਵਾਲ ਹੋਵਾਂਗੇ ਪਰ ਜਦੋਂ ਉਹ ਸੱਤਾ 'ਤੇ ਹੁੰਦੇ ਆ ਉਹ ਲੋਕਾਂ ਨੂੰ ਖੱਜਲ ਖੁਆਰ ਕਰਦੇ ਆ ਕਿਸ ਤਰ੍ਹਾਂ ਜਾਨਾਂ ਚਲੀਆਂ ਜਾਂਦੀਆਂ 5 ਬੱਚੇ ਛੋਟੇ ਛੋਟੇ 9-9, 10-10 ਸਾਲ ਦੇ ਜਿਹੜੇ 5 ਬੱਚੇ ਅਤੇ 2 ਜਿਹੜੇ ਨੌਜਵਾਨ ਚਲੇ ਜਾਂਦੇ ਆ ਉਸ ਕਾਂਡ ਦੀ ਜਾਂਚ ਜਿਹੜੀ ਹੈਗੀ ਹੈ ਉਹ ਜਿਹੜੀ ਹੋਈ ਨਹੀਂ ਅਤੇ ਪੁਲਿਸ ਨੇ 2 ਸਿੱਟਾਂ ਬਣਾਈਆਂ ਅਤੇ ਬੰਦੇ ਟਰੇਸ ਹੋ ਗਏ ਹੁਣ ਕਿਉਂ ਨਹੀਂ ਫੜ ਰਹੀ ਇਹ ਤਾਂ ਜਵਾਬ ਜਿਹੜੀ ਮੌਜੂਦਾ ਸਰਕਾਰ ਆ ਜਾਂ ਪਹਿਲਾਂ ਸਰਕਾਰ ਸੀ ਜਾਂ ਮੌਜੂਦਾ ਇੱਥੋਂ ਮੰਤਰੀ ਨੇ ਜਾਂ ਪੁਲਿਸ ਜਿਹੜਾ ਇਹਦਾ ਜਵਾਬ ਦੇ ਸਕਦੀ ਹੈ ਅਤੇ ਅਸੀਂ ਜਿਹੜੀ ਐਕਸ਼ਨ ਕਮੇਟੀ ਬਣੀ ਹੋਈ ਹੈ ਉਹਦੇ ਜਿਹੜੇ ਅਹੁਦੇਦਾਰ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇਹ ਉਹ ਇਸ ਜਿਹੜਾ ਕਾਂਡ ਹੋਇਆ ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਹੈ ਐਕਸ਼ਨ ਲੈ ਰਹੇ ਨੇ ਅਤੇ ਅਸੀਂ ਕਮਾਲੂ ਸਾਹਿਬ ਦਾ ਪੱਖ ਜਾਣਾਂਗੇ ਜੋ ਆਮ ਆਦਮੀ ਪਾਰਟੀ ਦੇ MLA ਸੀਗੇ ਪਰ ਹੁਣ ਉਹ ਕਾਂਗਰਸ ਚਲੇ ਗਏ ਹੈ ਅਤੇ ਹੁਣ ਉਹਨਾਂ ਨੇ ਇੱਕ ਪੈਨਸ਼ਨ ਜਿਹੜੀ ਲਵਾਈ ਸੀਗੀ ਉਹ ਹੁਣ ਜਿਵੇਂ ਜਸਕਰਨ ਸਿੰਘ ਨੇ ਦੱਸਿਆ ਵੀ 1 ਪੈਨਸ਼ਨ ਆਈ ਹੈ ਤਾਂ ਉਹਦੇ 'ਚ ਅਗਲੀਆਂ ਪੈਨਸ਼ਨਾਂ 3 ਮਹੀਨੇ ਹੋ ਗਏ ਬਾਈ 3 ਹੋ ਗਏ ਜੀ ਤਕਰੀਬਨ ਬਸ ਹੋ ਗਏ 3 ਪੈਨਸ਼ਨਾਂ ਕਿਉਂ ਨਹੀਂ ਆਈਆਂ ਅਤੇ ਕਮਾਲੂ ਸਾਹਿਬ ਦਾ ਅਸੀਂ ਪੱਖ ਜਾਣਾਂਗੇ ਵੀ ਉਹ ਕੀ ਕਹਿੰਦੇ ਆ ਅਤੇ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਦੇਵਰਾਜ ਬੂਮਰਾ ਜੀ ਜਿਹੜੇ ਮੌੜ ਬੰਬ ਕਾਂਡ ਐਕਸ਼ਨ ਕਮੇਟੀ ਦੇ ਕੋ ਕੋਆਰਡੀਨੇਟਰ ਨੇ ਉਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ ਉਹਨਾਂ ਦਾ ਪੱਖ ਜਾਣਾਂਗੇ ਵੀ ਉਹ ਇਸ ਮਸਲੇ 'ਤੇ ਕਿਸ ਤਰ੍ਹਾਂ ਦੀ ਸਮਝ ਰੱਖਦੇ ਆ ਅਤੇ ਉਹਨਾਂ ਦੇ ਸੰਘਰਸ਼ ਨੂੰ ਕੀ ਬੂਰ ਪਿਆ ਅਤੇ ਇਹ ਜਿਹੜਾ ਬੰਬ ਕਾਂਡ ਦੀ ਜਿਹੜੀ ਜਾਂਚ ਸਹੀ ਨਹੀਂ ਹੋਈ ਅਤੇ ਬੰਦੇ ਕਿਉਂ ਨਹੀਂ ਫੜੇ ਗਏ ਬੂਮਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਤੁਸੀਂ ਜਦੋਂ ਇਹ ਬੰਬ ਕਾਂਡ ਹੁੰਦਾ ਉਦੋਂ ਤੁਸੀਂ ਐਕਸ਼ਨ ਕਮੇਟੀ ਦੇ ਵਿੱਚੋਂ ਹਾਂਜੀ ਜਿਸ ਜਦੋਂ ਔਰਗੇਨਾਈਜ਼ ਕੀਤੀ ਐਕਸ਼ਨ ਕਮੇਟੀ ਉਦੋਂ ਗੁਰਮੇਲ ਸਿੰਘ ਮੇਲਾ ਸਾਡੇ ਕਨਵੀਨਰ ਸੀਗੇ ਔਰ ਮੈਂ ਕੋ ਕਨਵੀਨਰ ਸੀਗਾ ਮੌੜ ਬੰਬ ਕਾਂਡ ਐਕਸ਼ਨ ਕਮੇਟੀ ਦਾ ਉਸ ਟਾਈਮ ਤੋਂ ਹੀ ਲਗਾਤਾਰ ਅਸੀਂ ਚੱਲ ਰਹੇ ਹਾਂ ਸਾਡੀ ਐਕਟੀਵਿਟੀ ਪੀੜਿਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੇ ਲਈ ਲਗਾਤਾਰ ਚੱਲ ਰਹੀ ਹੈ ਜਦੋਂ ਇਹਦੇ 'ਚ ਬੰਬ ਕਾਂਡ ਹੁੰਦਾ ਉਹਦੇ 'ਚ ਪੁਲਿਸ ਦੀ ਜਿਹੜੀ ਭੂਮਿਕਾ ਹੈਗੀ ਹੈ ਹੁਣ ਤਾਂ ਆਪਾਂ ਦੇਖੀਏ ਪੁਲਿਸ ਨੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਮੌੜ ਬੰਬ ਕਾਂਡ ਦੇ ਸੰਬੰਧ ਦੇ ਵਿੱਚ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਲਈ ਜਾਂ ਫਿਰ ਭਵਿੱਖ 'ਚ ਇਹੋ ਜਿਹੀ ਘਟਨਾ ਨਾ ਵਾਪਰੇ ਜਿਹਦੇ ਲਈ ਇਹ ਸਪਸ਼ਟ ਕਹਿਣ 'ਤੇ ਮੈਨੂੰ ਕੋਈ ਸੰਕੋਚ ਨਹੀਂ ਕਿ ਪੰਜਾਬ ਪੁਲਿਸ ਦਾ ਪੱਖ ਜਿਹੜਾ ਅਤਿ ਹੀ ਨਿੰਦਣਿਆ ਰਿਹਾ ਉੱਥੇ ਦਾ ਨਤੀਜਾ ਹੈ ਕਿ ਵੀ ਅੱਜ 4.5 ਸਾਲ ਤੋਂ ਉੱਪਰ ਸਮਾਂ ਹੋ ਗਿਆ ਪਰ ਅੱਜ ਤੱਕ ਦੋਸ਼ੀ ਟਿੱਕੇ ਜਾਣ ਦੇ ਬਾਵਜੂਦ ਕਿ ਕੌਣ ਦੋਸ਼ੀ ਨੇ ਕਿਸੇ ਨੇ ਕਾਰ ਤਿਆਰ ਕਰੀ ਹੈ ਕਿਸੇ ਨੇ ਬੰਬ ਬਲਾਸਟ ਦੇ ਵਿੱਚ ਭੂਮਿਕਾ ਨਿਭਾਈ ਹੈ ਕਿਸੇ ਨੇ ਹੋਰ ਭੂਮਿਕਾ ਨਿਭਾਈ ਹੈ ਕੋਰਟ ਵੱਲੋਂ ਦੋਸ਼ੀ ਟਿੱਕੇ ਜਾ ਚੁੱਕੇ ਨੇ ਇਹ ਬਿਆਨ ਹੋ ਚੁੱਕੇ ਨੇ ਕਿ ਵੀ ਆਹ ਬੰਦੇ ਦੋਸ਼ੀ ਨੇ ਪਰ ਅੱਜ ਤੱਕ ਉਹਨਾਂ ਨੂੰ ਕਿਸੇ ਸਿੰਗਲ ਬੰਦੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਪੜਤਾਲ 'ਚ
शामिल नहीं किया गया। एडा वड्डा बंब धमाका होया जिदे विच किन्ने बंदयां दी जान चली गई, नकारा हो गए कई लोग, उहदे विच पुलिस की सही ना जांच करन बदले की समझदे तुसीं, क्यों नहीं जांच करी सही उन्होंने? ये जांच जो हुई है इस उपर मौड़ बंब कांड कमेटी ही नहीं सारे इलाके की असंतुष्टि है, तसली बख्श नहीं समझ रहे। क्यों नहीं समझ रहे? क्योंकि पहली गल तो यह कि भी लोगों के दबा के नाल पहला तो इस गलन मनने लिए तैयार नहीं सी कोई भी प्रशासन कि भी यह कोई बंब ब्लास्ट हो कहा गया कि भी एक साधारण सिलेंडर फटे है। पर लोगों ने जदों रास्ते जाम करे 26 जनवरी वाले दिन सारी मंडी के काले झंडे ला के काला दिवस मनाया, दिवाली जी है होली है वो कालिया मनाईया, फिर सरकार ने मजबूर होकर करना पाया कि असी फटड़ा मुआवजा देवे, जिहड़े मृतक ने उन्होंने परिवारों 5 लाख रुपया देवे, पर फटड़ा मुआवजा उन्होंने अद्धे बंद 24 फटड़ होए 12 बंद मुआवजा दे के फिर चुप कर गए। उस तो बाद फिर जदोजहद हुई, धरने मुजहरे हुए, मंडिए जाम लगे, फिर जाके उन्हें रेंद भी मिलया जिहड़ा 5-5 लाख रुपया भी है वह बहुत ही लमका के ते बहुत ही देरी नाल मिलया गया। ऐसे थां दे उपर जिथे आप खड़े हाँ अंकुश सिंगला की डेड बॉडी के उपर सुवापन शर्मा SSP सीगे और दिपरबा लाकड़ा DC सीगे, उन्होंने ऐलान किया कि असी मृतकों के परिवारों के एक वारस नौकरी देवे, पर बड़े अफसोस न कहना पता है कि 4.5 साल गुजरन तो बाद भी मृतक के हर वारस नौकरी नहीं दी गई। जे कुछ दिती गई है हूँ पिछे उदों जो कोई हरपाल सिंह पाली जो PA सीगा उसकी बेटी भी ऐनी कि नौकरी दे दीए, पहला वो ग्रेजुएट लड़की बेटी ग्रेजुएट है ग्रेजुएशन की हुई है डॉक्यूमेंट देते हैं पर उसको क्लास 4 की नौकरी दी गई, पर उस परिवार ने उस नौकरी ठकराता कि सू सा योग्यता नौकरी दी, फिर उसको नौकरी दी गई। वो परिवार जोड़ा कोई भीख मंग के काम करता सी, आपका मजदूरी मंग करता है, बरखा राणी का डैडी तो शोक कुमार दो एक परिवार के एक परिवार के दो जी मरे थे, उन्होंने भी लगभग 1 साल बाद नौकरी दी है। रेंदे दूजे 4 केसा के हजे भी 2 केस ने जिन्ह बारे अज आऊ गाऊ फैल चंडीगढ़ गई है, चंडीगढ़ तो आ रही है, उन्होंने भेज रहे हैं, ये कुछ मंग रहे हैं, हजे भी उन्होंने नौकरी नहीं मिली। देवराज जी जिहड़ा ये जाँच करी पुलिस ने ट्रेस करे बंदे उन्हों का संबंध फिर कितने जुड़ता सी? साड़ी सदा ही मंग रही है कि भी जो पुलिस की एक्टिविटीज ने जो पिछले समय के जो साढ़े लोगों मतरेई मामला सलूक प्रशासन ने किया ऐसी वो कहा जी भी इसकी जाँच दी जाए जी जी INA दी जाए या CBI दी जाए, पर वह सरकार बजिद रही नहीं कि अभी पंजाब पुलिस से ही करावे। पंजाब पुलिस ने भी धीमी रफ्तार के नाल चाहे सही फिर भी इन्होंने दोषी टिक ले तो दोषियों की पड़ताल होगी कि भी तिने दोषी सच्चा डेरा सच्चा सौदा संबंधित ने वो टिके गए, पर अज तक उन्होंने गिरफ्तार नहीं किया गया। जदों उ चली गई जाँच डेरे के गेट के उपर चली गई जाँच में उदों ही रोक दिता गया, उदों ही उस सिट न आने बाने टाल की गल की गई। उस सिट के दलवीर सिंह SHO स्पैशल तौर पर उस कमेटी का सिट का मैंबर बना के इतने लाया गया कि पड़ताल करूँगा, उसको बदल दिया गया कि भी ये ठीक नहीं है, उन्होंने लमकया गया। कोर्ट के भी ये पटिशन हुई, कोर्ट ने भी उस सिट रद्द करके नवी एक सिट बनाई, पर अफसोस न कहना पै रहा है कि वो तीनों दोषी पिछले 20 सालों तो लगभग 15-20 सालों तो अपना घर बार त्याग के डेरे नूं समर्पित होकर डेरे विच ही रह रहे थे, पर उन्होंने कोई कार्रवाई करने की थां ते साडी पुलिस 15 साल पुराने उन्होंने टिकाने ते जाके कोर्ट च कह रही है कि वो तो घर नहीं मिल रहे। इस तरह नाल मतलब उस पड़ताल नूं लमकाया ही नहीं, ठंडे बस्ते च पाया जा रहा है, तो कहा जा रहा कि भी इस पड़ताल नूं गांह वधाउण दी लोड़ नहीं, जिसकी मैं बहुत सख्त शब्दों निखेधी करना कि पड़ताल ठप उदों होनी चाहिए है जो दोषी फड़े जाए, कोर्ट का काम रह जाए कि सज़ा देनी है ना देनी है की सज़ा देनी है यही है, बिना दोषी फड़े तो ही ये कोशिश कर रहे हैं कि पड़ताल गांह तोरे ही ना जाए, जिसे पता लगता है कि भी ये डेरे के उपर तक संपर्क होने करके इस पड़ताल सिरे लगन नहीं दिता जा रहा। तो जिहड़े बंदे
ने कोर्ट दे चा के गवाहियां दित्तियां सी, ओह गवाहियां दा की बनिया? वो कोर्ट दे विच ओ बंदे नोमिनेट कर गए सी, आह बंदे ने जिहड़े तीन बंदे ने काला सिंह गुरतेज सिंह ते इक होर बंदा सीगा, उन्हां बारे वो दे के गए ने बयान, पर उन्होंने भगौड़े कराने बाद पहली सीट बनी उन्हें भगौड़े करा देते, दूजी सीट बनी उन्हें भगौड़े करा देते, पर उन्होंने फड़न वास्ते जो मैं कहा कि भी उन्होंने एक्चुअल टिकाने के उपर कोई छापामारी करने की थान से उन्होंने पुराने जिथे कित रह रहे थे उन्होंने ही खानापूर्ति की जा रही है। जिवें पुलिस का तुम रोल दस्या भी मंदभागा सीगा, जो आप पार्टियां की गल करते हैं हरमिंदर सिंह जस्सी की जिहड़ी रैली जी कांड होया, जस्सी साहब इत्थे पहुँचे किसी पीड़ित परिवार का पता लैन उन्होंने कोई मदद की, जां होर कोई जिहड़ियां सियासी पार्टियां है वोटां वेले तां उन्हां पूरा लेलड़ियां कढ़दियां हुंदियां लीडर, उन्होंने कोई अप्रोच की? सब तो पहला मैं थोड़ा स्पष्ट कर दिया, 31 जनवरी 2017 के जी चोन सभा हो रही थी वो कांग्रेस पार्टी के कैंडीडेट सरदार हरमिंदर सिंह जस्सी वालों ऑर्गेनाइज की गई सी, उन्होंने रैली के चोन सभा के भी यह ब्लास्ट हुए। दो चार दिन बाद 4 फरवरी जो पंजाब सरकार बन गई वो कांग्रेस सरकार ही बन गई, चाहिदा यह सी पर हरमिंदर सिंह जस्सी उस चोन के डिफीट तो खा के हार खा के, पर दुख इस गल का ना हरमिंदर सिंह जस्सी ना ही पंजाब सरकार का कोई होर कांग्रेस नुमाइंदा पीड़ितों जख्मियों कोई हमदर्दी प्रगट वास्ते कोई दिलासा देने वास्ते वो इतने हाजिर नहीं हुए, तो उन्होंने किसी किस्म का जस्सी ने तो हरमिंदर सिंह जस्सी ने तो बिल्कुल ही एक तरह नाता तोड़ लिया, उन्होंने इन्हें कोशिश ही नहीं की किसी के भुगते आने की, किसी हमदर्दी जाने की, किसी नौकरी दवाने के मामले किसी मृतक के मुआवजे दवाने के मामले के कोई भी किसी किस्म की कोई एक्टिविटी नहीं की, जिस करके जनता का उन्होंने प्रति बहुत ही ज़्यादा रोस है। किसी होर जूजिया पार्टियां है उन्होंने क्योंकि उन्होंने भी जिम्मेवारी बनती है, वह भी उन्होंने वोटा मंगनिया, वो कोई आम आदमी पार्टी ज अकाली दल या होर कोई धिर पीड़ितों की सार लैन पहुंची, जिमें कि मैं थोन दसिया क्या भी जो तो सरकार का नुमाइंदा हो, सरकार का प्रतिनिध हो, फिर मौजूदा MLA हो, मौजूदा MLA जगदेव सिंह कमालू आम आदमी पार्टी के MLA से जितते इस हल्के तो उन्होंने कार्रवाई में भी उन्होंने एक्टिविटी भी इन्ना कोई तसली बख्श नहीं किया जा रहा, ये ठीक है कि भी उन्होंने असैम्बली दे विच गल रखी है, पर जिस दृढ़ता दे नाल जिस मजबूती दे नाल गल रख के जां निजी तौर पर इंटरैस्ट लैके सिर्फ ये लोगों की तसली कराने वास्ते हाँ जी मैं तो बोल हटिया जी मैं कर हटिया जी यही जहाँ कुछ ही होया है वो जिन्हों तसली बख्श नहीं किया जा सकता। तीजे रह गए अकाली पार्टी वह पिक्चर जुबार ना सरकार च ने सी तो ना ही वो दूजे पास मतलब जिहड़े जिते हुए सी उन्होंने तो आस रखी नहीं जा सकती। जिहड़े हुण उहदे चों कुछ मारे गए जिवें 7 जने ते उहदे च जिहड़े जख्मी होए आ उहनां दे हालात किस तरह दे हुण? जख्मी होए हालातां दे विच तां सब तों वध जख्मी अपना जसकरन सिंह मोड़कलां ते इक इह मठाड़ू लड़का जी ये वध ज़्यादा जख्मी हुई सी, जिहदे बाद सरकार ने भी कहा जी थोड़े इलाज सारा करवावांगे, पर जदों तो इन्होंने उत्थों मुढ़ली सहायता दे के जां होर करके जिहड़ा मोटा मोटा इलाज जां करवा के चला गया उन्होंने थोड़ा रिलीव करता, उस तो बाद किसी ने भी इन्हां दी बाणी फड़ी, अज भी वो अपने निजी तौर के उपर कुछ ना कुछ करके आपका इलाज करवा रहे हैं, गर्मियों के उन्हां लई काम करना बहुत मुश्किल है, गर्मियों च रहना मुश्किल हो रहा है, जख्म मचते ने, सब तो माड़ी हालत तो सब तो बुरी हालत जिहड़ी है वो जिहड़ी है जसकरन सिंह मौड़कलां दी है, जिहड़ा हैंड टू माउथ सी कमाउंदा सी ते खांदा सी ओह अज बेरोजगार होया पिया, उदों कोई काम बिना दिहाड़ी हुंदी है ना कोई होर काम कर सकता है, उहनूं इक पेंशन तो बिना होर नहीं, एक उहनूं पेंशन लगी सी 1 महीने पेंशन मिली है पर 4 महीनों तो फिर उसनूं किसी किस्म की कोई पेंशन नहीं, अज फिर वो उस तरह की है जिथे उही बहां ते उही कुहाड़ी वाली गल है वो फिर उही नहीं। हुण जिवें सारे हालात तुसीं चानना पाया दस्सिया जिवें कुछ बंदे नौकरियां दे रहे आ इलाज वास्ते थोड़े मोटे पैसे सरकार ने दिते, चलो इलाज ते पैसा बहुत लग गया उन्हां दा, तो जी हुण तुहाडी एक्शन कमेटी है हुण तुहाडी मंग कित्थे जाके पूरी हुंदी आ, तुसीं की सोचदे हो तुहाडियां विचारां जदों हुंदियां तुसीं की कारवाई दी मंग करदे हो कित्थे तुहाडी तसल्ली होनी है? साडी सब तो पहली तो मुख मंग ये है कि भी इस कांड दे जो दोषी ने
जो टिके जा चुके ने उन्होंने गिरफ्तार करके कोर्ट के हवाले किया जाए तो कोर्ट उन्होंने सख्त तो सख्त सज़ा दे जदों तक उन्होंने दोषियों कोई सज़ा नहीं दी जाती उदों तक चाहे इन्होंने 5 लाख दिता है ये 50 लाख कर दे फटड़ा 50,000 दिता है वो चाहे 5 लाख कर दे वो हिरदे जड़े ने शांत नहीं होते जिन्ना चिर तक दोषियों कटहरे च खड़ा करके सज़ा नहीं वाजब सज़ा जी है नहीं दी जा सकती जो सज़ा दी गई उदों ही हिरदे शांत होंगे ने उदों ही ये गल्ला होनिया ने पर साड़ियाँ अजे भी मंगा है ये कहा उस टाइम की कमेटी ने मृतकों की याद के इतने एक पार्क बनूगा नहीं बनया इतने एंबूलेंस का फायर ब्रिगेड का प्रबंध होगा ना एंबूलेंस का प्रबंध होया ना फायर ब्रिगेड का प्रबंध होया इतने प्रबंध होया कि हस्पताल के उदों किसी भी कोई फर्स्ट एड ज मलम का फंबा भी नहीं लग्या उस हस्पताल अपग्रेड करके जो ये सब डिवीजन बन गई मोड़ मंडी उस हस्पताल भी अपग्रेड करके सारिया सहूलत दिखाई जाएगियाँ अद अजे तक उधरले पासे भी ना डॉक्टर कोई तैनात हुए है ना ही एमरजेंसी तैनात हुई है हालत यह है कि भी अगर कोई इतने कोई मृतक हो जाता है वह पोस्टमार्टम कराने के लिए भी इतों 25 किलोमीटर दूर तलवंडी साहब जाना पैंता है जो किसी ये सब डिवीजन है वो सब डिवीजन वक्री है दूजी सब डिवीजन के भारी खर्च करके दुखी हिरदे नाल उत्थे जाना पैंदा सारे ही बहुत साडे जिहड़े मसले ने एजिटोमी पए ने जिहदा लोगों के ही पबलिक के भी बहुत ज़्यादा रोष है कमेटी असी आपकी समर्था मुताबक जदों होती हर 4 साल के हो गया ऐसी हूँ 5वां साल उन्होंने वर्षी आने वाली है ऐसी मनावांगे सरकार को फिर चेतावनी देने कि मृतकों के वारसां ते फटड़ा के वारसां ते इलाके नूं शांत करने वास्ते जो जायज मंगा ने जायज मसले ने उन्हां दा हल किया जाए ये ना कहा जाए कि नवीं सरकार आऊगी तो होगी नवीं ने भी की करना है वह भी इस तरह ही कर दूगी इसे सरकार का फर्ज बनता है कि भी वो आपकी नैतिकता समझते हुए इस लागू करके लोगों के हिरदे नूं शांत करे बहुत बहुत धन्यवाद जी साडे नाल देव कुमार बूमरा जी देवराज जिन्हां ने सारी गलबात सानू दस्या भी किस तरह गलबात हुई एक्शन कमेटी के कोआर्डीनेटर ने ते सारी देख रेख कर रहे ने तुसीं इन्हां दे गल्लां तो सहजे समझ लिया होना भी जिहड़े राजनीतिक लीडर हुंदे आ वो जिवें लोगों तबाह करन ते उन्हां जिम्मेवारी लगी हुंदी है जदों कोई हरमिंदर सिंह जस्सी की जिहड़ी रैली दे दौरान वापरिया तो वो लीडर इत्थे इन्हां कोले बौड़िया नहीं ते तुसी उन्हां दे जिहड़े मानसिकता नूं समझ सकते हो भी लोगों नाल किन्ना को स्नेह ते प्यार करते ने ते लोगों नूं भी इहे लीडरां तो सावधान रहना चाहिए भी जिहड़े तुहानूं लताड़ के ते कुर्सियां ते बहिंदे ने राज करदे ने लोग खज्जल खुआर हुंदे ने सारिआं दा बहुत धन्नवाद शुक्रिया